ਸਤਿ ਸ਼੍ਰੀ ਅਕਾਲ ਦੋਸਤੋ। ਸੋ ਜਰਮਨ ਦੇ ਵਿੱਚ ਪੜ੍ਹਾਈ ਫ੍ਰੀ ਐਜੂਕੇਸ਼ਨ ਜਾਂ ਪੇਡ ਐਜੂਕੇਸ਼ਨ, ਇੰਗਲਿਸ਼ ਐਜੂਕੇਸ਼ਨ ਜਾਂ ਜਰਮਨ ਦੇ ਵਿੱਚ ਐਜੂਕੇਸ਼ਨ, ਇਸ ਬਾਰੇ ਖਾਸ ਚਰਚਾ ਹੋਏਗੀ। ਔਰ ਇਹਦੇ ਵਿੱਚ ਹੀ ਘੱਟ ਫੀਸ ਦੇ ਵਿੱਚ ਤੁਸੀਂ ਕਿਸ ਤਰੀਕੇ ਨਾਲ ਜਰਮਨ ਜਾ ਸਕਦੇ ਹੋ। ਸੋ ਤਮਾਮ ਵੀਡੀਓ ਦਾ ਇਹੀ ਸਿਲਸਿਲਾ ਰਹੇਗਾ। ਸੋ ਦੋਸਤੋ, ਜਰਮਨ ਇੱਕ ਐਸਾ ਡੈਸਟੀਨੇਸ਼ਨ ਆ ਜਿਹਦੇ ਬਾਰੇ ਮਾਰਕੀਟਿੰਗ ਘੱਟ ਹੁੰਦੀ ਹੈ, ਬਟ ਇਹ ਇੱਕ ਦੁਨੀਆ ਦੇ ਸਭ ਤੋਂ ਬਿਹਤਰੀਨ ਐਜੂਕੇਸ਼ਨ ਸਿਸਟਮਸ ਦੇ ਵਿੱਚੋਂ ਇੱਕ ਆ। ਸੋ ਜਰਮਨ ਐਸਾ ਮੁਲਕ ਆ ਜਿਹਦੇ 'ਚ ਪੜ੍ਹਾਈ ਟੋਟਲੀ ਫਰੀ ਹੁੰਦੀ ਹੈ, ਔਰ ਜਰਮਨ ਇੱਕ ਐਸਾ ਅੱਖਰ ਆ ਜਿਹਦੇ ਬਾਰੇ ਸਟੂਡੈਂਟਸ ਨੂੰ ਕਿਤੇ ਨਾ ਕਿਤੇ ਭੁਲੇਖਾ ਰਹਿੰਦਾ ਕਿ ਸ਼ਾਇਦ ਉੱਥੇ PR ਬਹੁਤ ਬਹੁਤ ਡਿਫੀਕਲਟ ਹੈ। ਸੋ ਸਮੇਂ ਦੇ ਨਾਲ ਜਰਮਨ ਬਹੁਤ ਬਦਲਿਆ ਆ। ਜਰਮਨ ਨੇ ਵਰਲਡ ਵਾਰ ਤੋਂ ਬਾਅਦ ਆਪਣੇ ਆਪ ਨੂੰ ਬਹੁਤ ਚੇਂਜ ਕੀਤਾ, ਬਿਕੋਜ਼ ਕਿਤੇ ਨਾ ਕਿਤੇ ਨੂੰ ਲੱਗਦਾ ਸੀਗਾ ਕਿ ਉਹ ਕਾਰਨ ਸੀ ਵਰਲਡ ਵਾਰ ਦੇ। ਸੋ ਫਾਈਨਲੀ ਹੁਣ ਜਿਹੜੀ ਜਰਮਨ ਦੀ ਪਿਕਚਰ ਉੱਭਰ ਕੇ ਆਈ ਹੈ, ਜਰਮਨ ਪੂਰੀ ਦੁਨੀਆ ਦਾ ਸਭ ਤੋਂ ਵੱਡਾ ਸੋਸ਼ਲ ਸਿਕਿਉਰਿਟੀ ਵਾਲਾ ਮੁਲਕ ਹੈ। ਸੋ ਦੁਨੀਆ 'ਚ ਨੰਬਰ 1 ਆ ਸੋਸ਼ਲ ਸਿਕਿਉਰਿਟੀ ਦੇ ਵਿੱਚ, ਔਰ ਜਰਮਨ ਟੈਕਨੋਲੋਜੀ ਇੰਜੀਨੀਅਰਿੰਗ ਪੂਰੀ ਦੁਨੀਆ ਦੇ ਵਿੱਚ ਨੰਬਰ 1 ਮੰਨੀ ਜਾਂਦੀ ਹੈ। ਸੋ ਜੋਬਸ ਦਾ ਸਿਲਸਿਲਾ ਉੱਥੇ ਬਹੁਤ ਭਰਪੂਰ ਹੈ। ਸੋ ਇਸ ਸਭ ਦੀ ਡਿਟੇਲ ਬਾਰੇ ਆਪਾਂ ਜਾਣਕਾਰੀ ਜ਼ਰੂਰ ਦੇਵਾਂਗੇ। ਸੋ ਸਟਾਰਟ ਹੁੰਦੇ ਆ ਸਿਰਫ ਜਰਮਨੀ ਦੀ ਐਜੂਕੇਸ਼ਨ ਤੋਂ ਲੈ ਕੇ। ਸੋ ਅਗਰ ਤੁਸੀਂ ਹਾਇਰ ਐਜੂਕੇਸ਼ਨ ਲਈ ਜਰਮਨ ਜਾਣਾ ਚਾਹੁੰਦੇ ਹੋ, ਤਾਂ ਜਰਮਨ ਪੂਰੀ ਦੁਨੀਆ ਦੀ 4th ਲਾਰਜੈਸਟ ਇਕੋਨਮੀ ਹੈ। ਔਰ ਜਰਮਨ ਦੇ ਵਿੱਚ ਇੱਕ ਸਮਾਂ ਸੀ ਸਿਰਫ ਅਤੇ ਸਿਰਫ ਜਰਮਨ ਲੈਂਗੁਏਜ ਵਿੱਚ ਪੜ੍ਹਾਈ ਹੁੰਦੀ ਸੀ, ਬਟ ਹੁਣ ਬਹੁਤ ਸਾਰੇ ਸਾਲਾਂ ਤੋਂ ਜਰਮਨ ਦੇ ਵਿੱਚ ਇੰਗਲਿਸ਼ ਯੂਨੀਵਰਸਿਟੀਜ਼ ਵੀ ਐਜੂਕੇਸ਼ਨ ਦੇ ਰਹੀਆਂ ਨੇ। ਹਾਲਾਂਕਿ ਇੰਗਲਿਸ਼ ਯੂਨੀਵਰਸਿਟੀਜ਼ ਪੇਡ ਹੁੰਦੀਆਂ, ਸੋ ਸਟੂਡੈਂਟਸ ਮਾਤਰ 2000 ਯੂਰੋ ਖਰਚ ਕੇ ਆਪਣੀ ਪੜ੍ਹਾਈ ਦਾ ਸੁਪਨਾ ਪੂਰਾ ਕਰ ਸਕਦੇ ਹੋ। ਜੀ ਹਾਂ, ਤੁਸੀਂ ਬਿਲਕੁਲ ਸਹੀ ਸੁਣਿਆ, 2000 ਯੂਰੋ 'ਚ ਤੁਸੀਂ ਪੜ੍ਹਾਈ ਦਾ ਸੁਪਨਾ ਪੂਰਾ ਕਰ ਸਕਦੇ ਹੋ। ਸੋ ਬੇਸਿਕ ਰਿਕੁਆਇਰਮੈਂਟ ਕੀ ਆ ਕਿ ਤੁਹਾਡੇ ਕੋਲ ਆਪਣੀ ਐਜੂਕੇਸ਼ਨ ਇੰਡੀਆ ਦੀ ਕੰਪਲੀਟ ਹੋਵੇ, ਚਾਹੇ ਲਾਈਕ ਮਾਸਟਰਸ ਆ ਜਾਂ ਅੰਡਰਗ੍ਰੈਡ ਆ। ਸੋ ਉਸ ਤੋਂ ਬਾਅਦ ਅਗਰ ਤੁਸੀਂ ਇੰਗਲਿਸ਼ ਯੂਨੀਵਰਸਿਟੀ 'ਚ ਪੜ੍ਹਨਾ ਹੈ, ਤਾਂ ਤੁਸੀਂ ਸਟ੍ਰੇਟ ਵੇ 1 ਸਾਲ ਦੀ ਮਾਸਟਰਸ ਕਰੋਗੇ ਜਾਂ 3 ਸਾਲ ਦੀ ਬੈਚਲਰਸ ਕਰੋਗੇ। ਔਰ ਅਗਰ ਤੁਸੀਂ ਪਬਲਿਕ ਯੂਨੀਵਰਸਿਟੀ ਵਿੱਚ ਜਾਣਾ ਆ, ਇਹਦੇ ਨਾਲ 2 ਸਾਲ ਦੀ ਐਜੂਕੇਸ਼ਨ ਐਡੀਸ਼ਨਲ ਹੋ ਜਾਂਦੀ ਹੈ। ਸੋ ਪਹਿਲਾ ਸਾਲ ਤੁਸੀਂ ਫਾਊਂਡੇਸ਼ਨ ਪੜ੍ਹੋਗੇ, ਔਰ ਉਸ ਤੋਂ ਬਾਅਦ ਤੁਸੀਂ ਸਟੂਡੈਂਟ ਕਾਲਜ, ਜੋ ਕਿ ਜਰਮਨ ਪ੍ਰੈਪਰੇਟਰੀ ਆ, ਉਹਦੇ ਵਿੱਚ ਜਾਂਦੇ ਨੇ ਬਹੁਤ ਸਾਰੇ ਸਟੂਡੈਂਟਸ। ਸੋ ਇਸ ਟਾਈਮ ਜਿਹੜੀ ਸਭ ਤੋਂ ਵੱਧ ਤਰਜੀਹ ਦਿੱਤੀ ਜਾਂਦੀ ਹੈ, ਉਹ ਸਟੂਡੈਂਟਸ ਦਿੰਦੇ ਨੇ ਇੰਗਲਿਸ਼ ਯੂਨੀਵਰਸਿਟੀਜ਼ ਨੂੰ, ਬਿਕੋਜ਼ ਇੰਗਲਿਸ਼ ਯੂਨੀਵਰਸਿਟੀਜ਼ ਨਾਲ ਐਜੂਕੇਸ਼ਨ ਲੈਣਾ ਔਰ ਉਸਦੇ ਨਾਲ ਕੰਮ ਕਰ ਲੈਣੇ ਪੂਰੇ ਯੂਰਪ ਦੇ ਵਿੱਚ ਕਾਫੀ ਸੁਖਾਲੇ ਹੋ ਜਾਂਦੇ ਆ। ਔਰ ਅਗਰ ਜੋਬਸ ਦੀ ਗੱਲ ਕਰੀਏ, ਜਰਮਨ ਉਹ ਜਗ੍ਹਾ ਆ ਜਿੱਥੇ ਐਵਰੇਜ ਜੋਬਸ ਜਿਹੜੀਆਂ ਨੇ 45-50 ਹਜ਼ਾਰ ਦੇ ਕਰੀਬ ਤੁਸੀਂ ਐਨੂਅਲੀ ਯੂਰੋਸ ਕਮਾ ਸਕਦੇ ਹੋ, ਔਰ ਮੰਥਲੀ ਅਗਰ ਤੁਸੀਂ ਇਹਦੇ ਅਕੋਰਡਿੰਗ ਤੁਸੀਂ ਕੈਲਕੂਲੇਟ ਕਰ ਸਕਦੇ ਹੋ। ਬਟ ਮਿਨੀਮਮ ਵੇਜਸ ਦੀ ਗੱਲ ਕਰੀਏ, ਤਾਂ 9-10 ਯੂਰੋ ਦੇ ਵਿੱਚ ਤੁਸੀਂ ਮਿਨੀਮਮ ਵੇਜਸ ਨੇ ਜਿਹੜੇ ਉੱਥੋਂ ਦੇ, ਬਾਕੀ ਪੂਰੇ ਯੂਰਪ ਤੋਂ ਤਕਰੀਬਨ ਚੰਗੇ ਨੇ। ਸੋ ਜਰਮਨ ਦੇ ਵਿੱਚ ਐਜੂਕੇਸ਼ਨ ਦੇ ਵਿੱਚ ਤੁਸੀਂ ਇੱਕ ਬਲੌਕਡ ਅਕਾਊਂਟ ਖੁਲਵਾਉਂਦੇ ਹੋ, ਬਲੌਕਡ ਅਕਾਊਂਟ ਦੇ ਵਿੱਚ ਤੁਹਾਨੂੰ 10,332 ਯੂਰੋ ਰੱਖਣੇ ਪੈਂਦੇ ਆ, ਇਹ ਕੈਨੇਡਾ ਦੀ GIC ਵਾਂਗੂ ਆ। ਬਟ ਇਹਦੇ ਵਿੱਚ ਤੁਸੀਂ ਜਿਹੜੇ ਤਮਾਮ ਵੀਜ਼ੇ ਦੇ ਜਿਹੜੇ ਪੈਸੇ, ਸੋਰੀ, ਤਮਾਮ ਪੈਸੇ ਤੁਸੀਂ ਵੀਜ਼ਾ ਤੋਂ ਬਾਅਦ ਖਰਚਦੇ ਹੋ। ਸੋ ਪਹਿਲਾਂ ਤੁਹਾਡਾ ਸਿਰਫ ਖਾਤਾ ਖੋਲ੍ਹੋ, ਜੋ ਪੈਸੇ ਇੰਡੀਆ 'ਚ ਹੀ ਪੈ ਰਹਿੰਦੇ ਆ, ਜਦੋਂ ਵੀਜ਼ਾ ਆ ਜਾਂਦਾ ਉਸ ਤੋਂ ਬਾਅਦ ਤੁਸੀਂ ਇਹਨਾਂ ਪੈਸਿਆਂ ਨੂੰ ਟ੍ਰਾਂਸਫਰ ਕਰਦੇ ਹੋ। ਸੋ ਜਰਮਨ ਇੱਕ ਐਸਾ ਕੰਟਰੀ ਹੈ ਜਿਹਦੇ ਵਿੱਚ ਕੰਸਿਸਟੈਂਟਲੀ ਪਿਛਲੇ ਪੂਰੇ ਸਾਲ ਦੇ ਵਿੱਚ ਵੀਜ਼ਾਸ ਲਗਾਤਾਰ ਆਉਂਦੇ ਰਹੇ ਨੇ, ਬਿਨਾਂ ਇੰਟਰਵਿਊ ਤੋਂ, ਬਿਨਾਂ ਕਿਸੇ ਅੰਬੈਸੀ ਦੀ ਅਪੁਆਇੰਟਮੈਂਟਸ ਤੋਂ। ਸੋ ਬਹੁਤ ਸਾਰੇ ਸਟੂਡੈਂਟਸ ਪਰੇਸ਼ਾਨ ਸੀਗੇ ਕਿ ਉਹਨਾਂ ਨੂੰ ਅੰਬੈਸੀ ਦੀਆਂ ਅਪੁਆਇੰਟਮੈਂਟਸ ਨਹੀਂ ਮਿਲਦੀਆਂ। ਸੋ ਰਾਇਲ ਟਰੈਵਲਸ ਤੁਹਾਡੇ ਲਈ ਟੋਟਲੀ ਫਰੀ ਐਪਲੀਕੇਸ਼ਨਸ ਦਾ ਪ੍ਰਬੰਧ ਕਰਦਾ ਆ, ਫਰੀ ਅਪੁਆਇੰਟਮੈਂਟਸ ਦਾ ਪ੍ਰਬੰਧ ਕਰਦਾ। ਸੋ ਕਿਸੇ ਵੀ ਤਰ੍ਹਾਂ ਤੁਹਾਨੂੰ ਕੋਈ ਪੈਸੇ ਨਹੀਂ ਖਰਚਣੇ ਪੈਂਦੇ ਆਪਣੀ ਅਪੁਆਇੰਟਮੈਂਟਸ ਲੈਣ ਲਈ। ਸੋ ਤੁਸੀਂ ਇਸ ਮਾਰਚ ਇਨਟੇਕ ਆ, ਮਾਰਚ ਦੇ ਲਈ ਆਪਣੀ ਐਪਲੀਕੇਸ਼ਨ ਲਾ ਸਕਦੇ ਹੋ। ਸੋ ਅਗਰ ਤੁਹਾਡੇ ਕੋਲ 50% ਮਿਨੀਮਮ ਮਾਰਕਸ ਨੇ, ਸੋ 50% ਮਾਰਕਸ ਨੇ, ਸੋ ਤੁਸੀਂ ਆਪਣੀ ਪੜ੍ਹਾਈ ਦਾ ਸੁਪਨਾ ਪੂਰਾ ਕਰ ਸਕਦੇ ਹੋ। ਸੋ ਜਰਮਨ ਦੀਆਂ ਸਭ ਤੋਂ ਵੱਡੀ ਸਪੈਸ਼ਲਟੀ ਜਰਮਨ ਇੰਜੀਨੀਅਰਿੰਗ ਹੈ, ਔਰ ਜਰਮਨ ਇੰਜੀਨੀਅਰਿੰਗ ਦਾ ਦੁਨੀਆ ਦਾ ਸਭ ਤੋਂ ਵੱਡਾ ਸਬੂਤ ਹੈ ਕਿ ਜਿੰਨੀਆਂ ਲਗਜ਼ਰੀ ਕਾਰਸ ਤੁਸੀਂ ਸੋਚ ਸਕਦੇ ਹੋ, ਉਹ ਸਾਰੀਆਂ ਜਰਮਨ ਮੇਡ ਨੇ। ਸੋ ਜਰਮਨ ਨੇ ਪੂਰੀ ਦੁਨੀਆ ਦੇ ਵਿੱਚ ਇੱਕ ਅਲੱਗ ਮੁਕਾਮ ਹਾਸਲ ਕੀਤਾ ਹੋਇਆ। ਸੋ ਜਿੰਨੀਆਂ ਤੁਸੀਂ BMW, ਪੋਰਸ਼ੇ, ਔਡੀ, ਉਸ ਤੋਂ ਬਾਅਦ ਮਰਸਡੀਜ਼, BMW, ਸੋ ਵੋਕਸਵੈਗਨ, ਸੋ ਜਿੰਨੀਆਂ ਤਮਾਮ ਕਾਰਾਂ ਤੁਸੀਂ ਸੋਚ ਸਕਦੇ ਹੋ, ਫਰਾਰੀ, ਸਭ ਜਿਹੜੀਆਂ ਜਰਮਨ ਮੇਡ ਕਾਰਾਂ ਨੇ। ਔਰ ਇਸੇ ਕਰਕੇ ਜਿਹੜੀਆਂ ਜੋਬਸ ਦਾ ਸਨੈਰੀ ਹੈ, ਉਹ ਸਭ ਤੋਂ ਵੱਧ ਜਿਹੜੀ ਆਟੋਮੋਬਾਈਲ ਇੰਡਸਟਰੀ ਦੇ ਵਿੱਚ ਸਭ ਤੋਂ ਵੱਧ ਜੋਬਸ ਨੇ, ਕਿਉਂਕਿ ਪੂਰੀ ਦੁਨੀਆ ਹੁਣ IT ਦੀ ਦੁਨੀਆ ਬਣ ਗਈ ਹੈ, ਇਸ ਕਰਕੇ IT ਦੀਆਂ ਜੋਬਸ ਵੀ ਕਾਫੀ ਵੱਧ ਡਿਮਾਂਡ ਦੇ ਵਿੱਚ ਨੇ। ਸੋ ਕੰਸਟਰਕਸ਼ਨ ਇੱਕ ਐਸਾ ਸੈਗਮੈਂਟ ਹੈ ਜਿਹਦੇ ਵਿੱਚ ਬਹੁਤ ਸਾਰੀਆਂ ਜੋਬਸ ਰਹਿੰਦੀਆਂ ਨੇ। ਉਸ ਤੋਂ ਬਾਅਦ ਡਿਜੀਟਲ ਵਰਲਡ, ਡਿਜੀਟਲ ਮਾਰਕੀਟਿੰਗ ਵਰਗੇ ਜਿਹੜੇ ਕੰਮ ਨੇ, ਉਹਨਾਂ ਦੇ ਵਿੱਚ ਵੀ ਬਹੁਤ ਸਾਰੀਆਂ ਜੋਬਸ ਰਹਿੰਦੀਆਂ ਨੇ। ਸੋ ਜਰਮਨ ਦੇ ਵਿੱਚ ਜੋਬਸ ਨੂੰ ਲੈ ਕੇ ਕੋਈ ਸਟੂਡੈਂਟ ਨੂੰ ਪਰੇਸ਼ਾਨੀ ਨਹੀਂ ਹੁੰਦੀ। ਔਰ ਇੱਕ ਮਿੱਥ ਹੈ ਕਿ ਸ਼ਾਇਦ ਜੋ ਪਹਿਲਾਂ ਸੋਚਿਆ ਜਾਂਦਾ ਸੀ ਕਿ ਜਰਮਨ ਲੈਂਗੁਏਜ ਤੋਂ ਬਿਨਾਂ ਜਰਮਨ ਦੇ ਵਿੱਚ ਅਡੈਪਟ ਹੋਣਾ ਮੁਸ਼ਕਲ ਹੈ, ਸੋ ਇਹ ਹੁਣ ਬਿਲਕੁਲ ਵੀ ਹੈ ਨਹੀਂ ਹੈ।
ਸੋ ਜਿੱਦਾਂ ਤੁਸੀਂ ਡਿਗਰੀ ਕਰੋਗੇ, ਅਗਰ ਤੁਸੀਂ ਗ੍ਰੈਜੂਏਸ਼ਨ ਕੀਤੀ ਹੈ, ਤੁਸੀਂ ਮਾਸਟਰ ਸਿਰਫ ਇੱਕ ਸਾਲ ਦੀ ਕਰੋਗੇ, ਇੱਕ ਸਾਲ ਦੀ ਡਿਗਰੀ ਕਰਨ ਤੋਂ ਬਾਅਦ ਤੁਹਾਨੂੰ 1.5 ਸਾਲ ਦਾ ਵਰਕ ਪਰਮਿਟ, 18 ਮਹੀਨੇ ਦਾ ਵਰਕ ਪਰਮਿਟ, ਔਰ ਇਹੀ ਵਰਕ ਪਰਮਿਟ ਆ ਪੂਰੀ ਦੁਨੀਆ ਦੇ ਕੰਟਰੀਜ਼ ਵਿੱਚ ਹੈ। ਤੁਸੀਂ US ਵੇਖੋ, ਚਾਹੇ ਤੁਸੀਂ ਕੈਨੇਡਾ ਵੇਖੋ, ਚਾਹੇ ਆਸਟ੍ਰੇਲੀਆ ਵੇਖੋ, ਚਾਹੇ ਨਿਊਜ਼ੀਲੈਂਡ ਵੇਖੋ, ਜਿਹੜੇ PR ਦੇਣ ਵਾਲੇ ਮੁਲਕ ਨੇ, ਚਾਹੇ UK ਵੇਖੋ, ਇਹ ਸਾਰੇ ਕੰਟਰੀਜ਼ ਪਹਿਲਾਂ ਵਰਕ ਪਰਮਿਟ ਦਿੰਦੇ ਨੇ, ਉਸ ਤੋਂ ਬਾਅਦ ਸਟੂਡੈਂਟਸ ਦੀ PR ਹੁੰਦੀ ਹੈ। ਸੋ ਜਰਮਨ ਨੇ ਬਹੁਤ ਵੱਡਾ ਕਦਮ ਚੱਕਿਆ ਇਹਦੇ ਵਿੱਚ ਕਿ ਸਟੂਡੈਂਟਸ ਨੂੰ PR ਦੇਣ ਦੇ ਵਿੱਚ ਜਰਮਨ ਸਹਾਇਕ ਹੋਣ ਲੱਗ ਪਿਆ। ਸੋ ਜਰਮਨ ਇੱਕ ਐਸਾ ਮੁਲਕ ਸੀ ਜਿਹਦੇ ਬਾਰੇ ਪਹਿਲਾਂ ਮੰਨਿਆ ਜਾਂਦਾ ਸੀ ਕਿ ਇੱਥੇ PR ਸਭ ਤੋਂ ਮੁਸ਼ਕਲ ਹੈ। ਸੋ PR ਮੁਸ਼ਕਲ ਨਹੀਂ ਸੀ, ਬੇਸਿਕਲੀ ਇੱਥੋਂ ਦੇ ਸਿਸਟਮ ਨੂੰ ਤੋੜਨਾ, ਸੋਸ਼ਲ ਸਿਕਿਉਰਿਟੀ ਨੂੰ ਤੋੜਨਾ ਥੋੜ੍ਹਾ ਬਹੁਤ TDS ਹੈ, ਥੋੜ੍ਹਾ ਬਹੁਤ ਮੁਸ਼ਕਲ ਹੈ। ਸੋ ਯੂਰਪ ਦੇ ਬਹੁਤ ਸਾਰੇ ਅੰਡਰ ਡਿਵੈਲਪ ਕੰਟਰੀਜ਼ ਆ, ਉੱਥੇ ਇਹ ਚੀਜ਼ਾਂ ਪੋਸੀਬਲ ਨੇ, ਕਿਤੇ ਪੇਪਰ ਨਿਕਲ ਆਉਂਦੇ ਨੇ, ਕਿਤੇ ਪੇਪਰ ਭਰੇ ਜਾਂਦੇ ਨੇ। ਸੋ ਜਰਮਨੀ ਦੇ ਵਿੱਚ ਤੁਸੀਂ ਹਾਰਡਲੀ ਇਹੋ ਜਿਹੀਆਂ ਚੀਜ਼ਾਂ ਸੁਣੀਆਂ ਹੋਣਗੀਆਂ, ਬਟ ਐਜੂਕੇਸ਼ਨ ਦੇ ਨਾਲ ਤੁਸੀਂ ਉੱਥੇ ਪੱਕੇ ਹੋਣ ਦਾ ਸੁਪਨਾ ਪੂਰਾ ਕਰ ਸਕਦੇ ਹੋ। ਸੋ ਚਾਹੇ ਤੁਸੀਂ ਆਈਲੈਟਸ ਨਹੀਂ ਕੀਤੀ, ਬਿਨਾਂ ਆਈਲੈਟਸ ਤੋਂ ਤੁਸੀਂ ਜਰਮਨ ਦੇ ਵਿੱਚ ਅੰਗਰੇਜ਼ੀ ਦੇ ਵਿੱਚ ਪੜ੍ਹਨ ਦਾ, ਇੰਗਲਿਸ਼ ਦੇ ਵਿੱਚ ਪੜ੍ਹਨ ਦਾ ਤੁਸੀਂ ਆਪਣਾ ਸੁਪਨਾ ਪੂਰਾ ਕਰ ਸਕਦੇ ਹੋ। ਸੋ ਦੋਸਤੋ, ਅਸੀਂ ਲਗਾਤਾਰ ਤੁਹਾਡੇ ਨਾਲ ਜਾਣਕਾਰੀਆਂ ਸ਼ੇਅਰ ਕਰਦੇ ਹਾਂ, ਇਨਫੋਰਮੇਸ਼ਨ ਵੀਡੀਓਜ਼ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ। ਸੋ ਅਗਰ ਤੁਹਾਨੂੰ ਚੰਗੀਆਂ ਲੱਗਦੀਆਂ ਨੇ, ਕਾਈਂਡਲੀ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ, ਰਾਇਲ ਟਰੈਵਲਸ ਨੂੰ ਸੋਸ਼ਲ ਮੀਡੀਆ ਦੇ ਉੱਪਰ ਫੋਲੋ ਕਰੋ, ਔਰ ਲਗਾਤਾਰ ਜਿੰਨੇ ਤੁਸੀਂ ਮੈਸੇਜਸ ਪਾਓਗੇ ਅਸੀਂ ਤੁਹਾਨੂੰ ਨਾਲ ਦੀ ਨਾਲ ਇੰਸਟੈਂਟਲੀ ਰਿਪਲਾਈ ਵੀ ਕਰਦੇ ਹਾਂ। 9168 9168 ਇੱਕ ਨੰਬਰ ਹੈ ਜਿਹਦੇ ਉੱਪਰ ਤੁਸੀਂ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ, ਔਰ ਇਸੇ ਨੰਬਰ ਉੱਪਰ ਤੁਸੀਂ ਵਟਸਐਪ ਰਾਹੀਂ ਆਪਣੀਆਂ ਫਾਈਲ, ਆਪਣੀ ਡਾਕੂਮੈਂਟੇਸ਼ਨ ਵੀ ਭੇਜ ਸਕਦੇ ਹੋ। ਰੋਜ਼ ਬਹੁਤ ਸਾਰੇ ਸਟੂਡੈਂਟਸ ਨਾਲ ਸਾਡੀ ਗੱਲਬਾਤ ਹੁੰਦੀ ਹੈ, ਚਾਹੇ ਤੁਹਾਡੀਆਂ ਐਪਲੀਕੇਸ਼ਨ ਕਿਤੋਂ ਵੀ ਲੱਗੀਆਂ ਹੋਣ, ਅਸੀਂ ਤਾਂ ਵੀ ਤੁਹਾਨੂੰ ਅਸਿਸਟ ਕਰਦੇ ਹਾਂ। ਸੋ ਇੱਦਾਂ ਦੀ ਇਨਫੋਰਮੇਸ਼ਨ ਵੀਡੀਓ ਦੇਖਣ ਲਈ ਲਗਾਤਾਰ ਸਾਡੇ ਨਾਲ ਬਣੇ ਰਿਹਾ ਕਰੋ, ਔਰ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ, ਮੇਰਾ ਨਾਮ ਅਰਵਿੰਦਰਪਾਲ ਸਿੰਘ ਆ, ਲਗਭਗ 22 ਸਾਲ ਤੋਂ ਇਸ ਇੰਡਸਟਰੀ ਦੇ ਵਿੱਚ ਅਸੀਂ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਰਹੇ ਹਾਂ। ਸੋ ਦੋਸਤੋ, ਬਹੁਤ ਜਲਦ ਮਿਲਾਂਗੇ ਇੱਕ ਨਵੀਂ ਜਾਣਕਾਰੀ ਨਾਲ, ਨਵੇਂ ਵੀਡੀਓ ਵਿੱਚ। ਸਤਿ ਸ਼੍ਰੀ ਅਕਾਲ ਜੀ।